ਸ਼ੁਸ਼ਿਕਾਲ ਜੀ, ਕੀ ਹਾਲ ਹੈ ਤੁਹਾਡਾ ਜੀ? ਤੇ ਅੱਜ ਆਪਾਂ ਤੁਹਾਡੇ ਕੋਲ ਆਏ ਹੈਗੇ ਆ ਤੁਹਾਡੇ ਕੁਝ ਸਵਾਲਾਂ ਦਾ ਜਵਾਬ ਦੇਣ। ਤੁਸੀਂ ਕਾਫੀ ਸਾਰੀ ਮੇਲਸ ਪਾਉਂਦੇ ਹੋ, SMS ਤੁਹਾਡੇ ਰਿਸੀਵ ਹੁੰਦੇ ਆ, WhatsApp ਤੇ ਮੈਸੇजेस ਆਉਂਦੇ ਆ, ਤੇ ਉਹਦੇ ਵਿੱਚੋਂ ਨਾ ਬੜਾ ਇੱਕ ਪਪੂਲਰ ਜਿਹਾ ਕੁਐਸਚਨ ਹੈਗਾ ਕਿ ਸਰ ਹਮੇ ਵੀ ਐਕਟਰ ਬਣਨਾ ਹੈ, ਸਰ ਹਮੇ ਵੀ ਸਿੰਗਰ ਬਣਨਾ ਹੈ, ਸਰ ਹਮੇ ਵੀ ਲਿਰਿਸਿਸਟ ਬਣਨਾ ਹੈ, ਹਮਨੇ ਮਾਡਲ ਬਣਨਾ ਹੈ। ਅੱਛੀ ਗੱਲ ਹੈ ਜੀ, ਤੁਹਾਡੀ ਖੁਆਇਸ਼ਾਂ ਹੋਣੀਆਂ ਚਾਹੀਦੀਆਂ, ਪਰ ਜੀ ਉਹ ਕਹਿੰਦੇ ਨਾ ਐਕਟਰ ਮਾਡਲ ਸਿੰਗਰ ਬਣਨਾ ਕਾਕਾ ਇੰਨਾ ਸੌਖਾ ਨਹੀਂ ਹੈਗਾ, ਇਹਦੇ ਲਈ ਬਹੁਤ ਸਾਰੇ ਪਾਪੜ ਵੇਲਣੇ ਪੈਂਦੇ ਆ। ਅਤੇ ਤੁਹਾਨੂੰ ਸਭ ਤੋਂ ਪਹਿਲੇ ਤੁਹਾਡੇ ਅੰਦਰ ਜਜ਼ਬਾ ਜ਼ਰੂਰ ਹੋਣਾ ਚਾਹੀਦਾ। ਅਤੇ ਤੁਸੀਂ ਹੁਣ ਮੈਨੂੰ ਪੁੱਛੋਗੇ ਕਿ ਮੈਂ ਇਸ ਮੱਗ ਦੇ ਵਿੱਚ ਕੀ ਪੀ ਰਿਹਾ, ਅਤੇ ਉਹ ਹੈਗਾ ਇੱਕ ਸੀਕਰੇਟ। ਇਹਦੇ ਵਿੱਚ ਆਪਾਂ ਇੱਕ ਐਸੀ ਚੀਜ਼ ਪੀ ਰਹੇ ਹਾਂ ਕਿ ਜੋ ਤੁਹਾਡੀ ਬੋਡੀ ਦਾ ਟੈਂਪਰੇਚਰ ਨੂੰ ਖਿੱਚ ਦਿੰਦੀ ਹੈ, ਅਤੇ ਤੁਹਾਡੀ ਬੋਡੀ ਦੀ ਅੰਦਰ ਜਿਹੜੀ ਗਰਮੀ ਹੈਗੀ ਹੈ, ਜਿਹੜਾ ਡੋਲਾ ਹੈਗਾ, ਉਹ ਬਾਹਰ ਆ ਜਾਂਦਾ। ਨਹੀਂ ਜੇ ਦਾਰੂ ਨਹੀਂ ਹੈਗੀ, ਦਾਰੂ ਆਪਾਂ ਰਾਤੀ ਪੀਂਦੇ ਹਾਂ, ਇਹ ਸ਼ਾਮ ਦਾ ਟਾਈਮ ਹੈਗਾ, ਅਤੇ ਇਹ ਹੈਗੀ ਸ਼ਾਮ ਦੀ ਡਰਿੰਕ। ਲੈਟਸ ਕਮ ਬੈਕ ਟੂ ਆਰ ਕੁਐਸਚਨ ਜੀ, ਐਕਟਰ ਬਣਨਾ ਇੰਨਾ ਸੌਖਾ ਨਹੀਂ ਹੈ। ਪਾਪੜ ਜੇ ਤੁਹਾਨੂੰ ਵੇਲਣੇ ਆਉਂਦੇ ਹੈ, ਜੇ ਤੁਸੀਂ ਪਾਪੜ ਵੇਲਣ 'ਚ ਐਕਸਪਰਟ ਹੈਗੇ ਹੋ, ਤਾਂ ਤੁਸੀਂ ਮੋਸਟ ਵੈਲਕਮ ਜੀ, ਐਕਟਰ ਤੁਸੀਂ ਬਣ ਸਕਦੇ ਹੋ, ਤੁਸੀਂ ਮਾਡਲ ਵੀ ਬਣ ਸਕਦੇ ਹੋ। ਤੁਹਾਨੂੰ ਇੱਕ ਚੀਜ਼ ਤੁਹਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਹੈ, ਐਂਡ ਦੈਟ ਇਜ਼ ਅੱਗ। ਮੈਂ ਉਸ ਅੱਗ ਦੀ ਗੱਲ ਨਹੀਂ ਕਰ ਰਿਹਾ, ਮੈਂ ਉਸ ਅੱਗ ਦੀ ਗੱਲ ਕਰ ਰਿਹਾ, ਮੈਂ ਸਪਾਰਕ ਦੀ ਗੱਲ ਕਰ ਰਿਹਾ। ਅਤੇ ਜੀ ਤੁਸੀਂ, ਯੂ ਆਰ ਮੋਸਟ ਵੈਲਕਮ, ਤੁਸੀਂ ਆਪਣੇ ਐਕਟਿੰਗ ਦੇ ਕੋਰਸਿਸ ਕਰੋ, ਮਾਡਲਿੰਗ ਦੇ ਕੋਰਸਿਸ ਕਰੋ, ਅਤੇ ਘਰਦਿਆਂ ਦੇ ਪੈਸੇ ਕਰ ਦਿਓ ਬਰਬਾਦ, ਅਤੇ ਆ ਜਾਓ ਐਕਟਿੰਗ, ਬਣ ਜਾਓ ਐਕਟਿੰਗ। ਅਤੇ ਸਾਡੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਔਰ ਲਾਈਕ ਕਰਨਾ ਭੁੱਲਣਾ ਨਹੀਂ ਹੈਗਾ। ਕਮਲ ਡਾਇਰੀ ਜ਼ਿੰਦਾਬਾਦ ਹੈਗੀਆਂ, # ਰੋਲਿੰਗ ਫਰੇਮਸ ਐਂਟਰਟੇਨਮੈਂਟ ਲਾਉਣਾ ਤੁਸੀਂ ਭੁੱਲਣਾ ਨਹੀਂ ਹੈਗਾ। ਅਤੇ ਇਹ ਸਾਡੀ ਵੈਬਸਾਈਟ ਦੇ ਲਿੰਕ, ਮੇਰੀ ਕਾਫੀ ਡੁੱਲੀ, ਇਹ ਸਾਡੇ ਵੈਬਸਾਈਟ ਦੇ ਲਿੰਕ ਹੈਗੇ ਆ, ਅਤੇ ਤੁਸੀਂ ਇਹਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਅਤੇ ਬਾਏ ਬਾਏ ਬਾਏ।